ਸ੍ਰੀਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਰਵਿੰਦਰ ਸਿੰਘ ਵੱਡੇ ਛੋਟੇ ਨਿਆਣੇ ਸਿਆਣੇ ਨਵੇਂ ਪੁਰਾਣੇ ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਇੱਕ ਹੋਰ ਐਪੀਸੋਡ ਸਟੈਂਡ ਅਪ ਤੇ ਪਾਓ ਕੱਪ ਸੀਜ਼ਨ 2 ਸਾਡੇ ਐਸੋਸੀਏਟ ਸਪਾਂਸਰਸ ਨੇ ਸ਼ਾਨੇ ਪੰਜਾਬ ਟੀ ਐਂਡ ਜੋਲੀ ਫੈਟਗੋ ਅੱਜ ਅਸੀਂ ਗੱਲ ਕਰਾਂਗੇ ਟੈਟੂ ਬਣਾਉਣ ਵਾਲਿਆਂ ਦੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਟੈਟੂ ਬਣਾਉਣ ਵਾਲਿਆਂ ਵਾਸਤੇ ਨਹੀਂ ਨਹੀਂ ਮਾਰਨੀਆਂ ਮੈਨੂੰ ਬਿਲਕੁਲ ਨਹੀਂ ਪਸੰਦ ਇੰਨਾ ਜਿਹਾ ਟੈਟੂ ਬਣਾਉਂਦੇ ਇੰਨੇ ਪੈਸੇ ਜਦੋਂ ਬੰਦਾ ਟੈਟੂ ਬਣਾਉਣ ਆਉਂਦਾ ਨਾ ਨੈਤਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਮੋਰਲ ਰਿਸਪੋਂਸੀਬਿਲਟੀ ਹੋਣੀ ਚਾਹੀਦੀ ਹੈ ਕਿ ਅਗਲੇ ਨੂੰ ਦੱਸੋ ਭਾਜੀ ਇਹ ਟੈਟੂ ਜਿਹੜਾ ਨਾ ਇਹ ਤੁਹਾਨੂੰ ਸੂਟ ਨਹੀਂ ਕਰ ਰਿਹਾ ਕਾਨੇ ਵਰਗਾ ਮੁੰਡਾ ਹੋਏਗਾ ਆ ਕੇ ਕਹਿ ਦੇਗਾ ਭਾਜੀ ਬਾਹਾਂ 'ਤੇ ਸ਼ੇਰ ਬਣਾ ਦਿਓ ਉਹ ਵੀ ਬਣਾ ਦਿੰਦਾ ਵੀ ਅਗਲੇ ਨੂੰ 10 ਬਣਾਵਾਂਗਾ ਮੈਂ ਸ਼ੇਰ ਲੱਗਣਾ ਇੰਨੇ ਕੁੱਤਾ ਹੀ ਆ ਸ਼ੇਰ ਬਣਾਉਂਦੇ ਨਾ ਬਾਡੀ ਬਿਲਡਰ ਲੋਕ ਬਣਾਉਣ ਹੈ ਡੋਲਾ ਹੋਵੇ ਐਨ ਸ਼ੇਰ ਬਣਾਇਆ ਹੋਵੇ ਲੱਗਦਾ ਮਜ਼ਾ ਆਉਂਦਾ ਮੇਨਟੇਨ ਕਰਨਾ ਬਹੁਤ ਜ਼ਰੂਰੀ ਬਾਂਹ 'ਤੇ ਤੁਸੀਂ ਸ਼ੇਰ ਬਣਾ ਲਿਆ ਉਹ ਤੋਂ ਬਾਅਦ ਤੁਸੀਂ ਜਿਮ ਛੱਡ ਦਿਓ ਉਹ ਸ਼ੇਰ ਵੀ ਬਚਾਇਆ ਮੇਰਾ ਯਾਰ ਦੋਸਤ ਨੇ ਟੈਟੂ ਬਣਾਇਆ ਅਤੇ ਬਾਂਹ 'ਤੇ ਭੋਲੀ ਭੋਲੀ ਉਹਨੂੰ ਛੱਡ ਗਈ ਭੋਲੀ ਛੱਡ ਗਈ ਪੂਰੀਆਂ ਬਾਹਾਂ ਵਾਲੀਆਂ ਕਮੀਜ਼ਾਂ ਪਾ ਪਾ ਕੇ ਫਿਰ ਇਹ ਮੈਂ ਕਿਹਾ ਰੋਜ਼ ਹੀ ਪੂਰੀਆਂ ਬਾਹਾਂ ਵਾਲੀ ਕਮੀਜ਼ ਪਾਈ ਹੁੰਦੀ ਕਹਿੰਦਾ ਭਰਾ ਭੋਲੀ ਬਣਿਆ ਭੋਲੀ ਛੱਡ ਗਈ ਇਹਦਾ ਕੀ ਕਰਾਂ ਮੈਂ ਕਿਹਾ ਅੱਗੇ ਲਿਖਾ ਭੋਲੀ ਮਾਂ ਪਰ ਕੁੜੀਆਂ ਬੜੇ ਡੇਰਿੰਗ ਕੰਮ ਕਰਦੀਆਂ ਕੁੜੀਆਂ ਨੇ ਅੱਜ ਕੱਲ੍ਹ ਟੈਟੂ ਬਣਵਾਇਆ ਇੱਥੇ ਲੱਕ 'ਤੇ ਟੈਟੂ ਬਣਵਾਉਣਗੀਆਂ ਡਰੈਗਨ ਜਿਹਦੇ ਮੂੰਹ 'ਚੋਂ ਅੱਗ ਨਿਕਲ ਰਹੀ ਹੈ ਕਮਰੇ 'ਚ ਕੋਹੜ ਕਿਰਲੀ ਆ ਜਾਏ ਸਭ ਤੋਂ ਪਹਿਲਾਂ ਇਹਨਾਂ ਦੀ ਚੀਕ ਨਿਕਲਦੀ ਮੰਮੀ ਡਰੈਗਨ ਵੀ ਕਹਿ ਰਹਿੰਦਾ ਦੀਦੀ ਇੱਧਰ ਹੈ ਕੀ ਹੈ ਮੈਨੂੰ ਮਿਟਾ ਦਿਓ ਨਹੀਂ ਬਟ ਟੈਟੂ ਬਣਾਉਣ ਦਾ ਸ਼ੌਂਕ ਮੈਨੂੰ ਵੀ ਬਹੁਤ ਹੈ ਬਟ ਮੈਨੂੰ ਵੀ ਲੱਗਦਾ ਮੇਰਾ ਨਾ ਕੋਈ ਫ੍ਰੀ 'ਚ ਟੈਟੂ ਬਣਾ ਦੇ ਉਹ ਹੈਲੋ ਕਿਆ ਕਿਹਾ ਫ੍ਰੀ 'ਚ ਟੈਟੂ ਮੈਂ ਬਣਾਉਣਾ ਫ੍ਰੀ 'ਚ ਟੈਟੂ ਮੈਨੂੰ ਪਤਾ ਤੇਰੇ ਘਰ ਦੇ ਹਾਲਾਤ ਬਹੁਤ ਗਰੀਬ ਨੇ ਇਹਦੇ ਘਰ ਦੇ ਇੰਨੇ ਗਰੀਬ ਸੀ ਨਾ ਇੰਨੇ ਗਰੀਬ ਸੀ ਨਾ ਇਹਨੂੰ ਜੰਮਣ ਜੋਗੇ ਪੈਸੇ ਨਹੀਂ ਸੀਗੇ ਮੈਂ ਜਾਣਦਾ ਤੈਨੂੰ ਲੁਧਿਆਣੇ ਕਰਵਾ ਚੌਥ ਦੇ ਦਿਨ ਘੰਟਾ ਘਰ 'ਚ ਬੈਠਾ 10-10 ਰੁਪਏ ਪਰ ਹੱਥ ਐ ਦੀਦੀ ਫੁੱਲ ਬਣਾ ਦਿਆ ਉਹ ਤੂੰ ਜੀਜੂ ਦਾ ਨਾਂ ਲਿਖ ਦੇ ਉਹ ਤੂੰ ਜਾ ਉਹ ਜਾ ਦਲਜੀਤ ਦੀ ਪਤਾ ਨਹੀਂ ਕਿਹੜੀ 15,000-16,000 crore ਪਤਾ ਨਹੀਂ ਕਿਹੜੀ ਕਾਪੀ ਆ ਤੂੰ ਤੂੰ ਜਾ ਤੂੰ ਤੈਨੂੰ ਪਤਾ ਮੈਂ ਅੱਖਾਂ ਬੰਦ ਕਰਕੇ ਨਾ ਖੱਬੇ ਹੱਥ ਨਾਲ ਟੈਟੂ ਵਾਧਨ ਹੈ ਉੜਦੇ ਪੰਜਾਬ 'ਚ ਸ਼ਾਹਿਦ ਕਪੂਰ ਦੇ ਟੈਟੂ ਕਿਹਨੇ ਬਣਾਇਆ ਸੀ ਕਿਹਨੇ ਬਣਾਇਆ ਕਿਹਨੇ ਬਣਾਇਆ ਸੀ ਕਿਹਨੇ ਬਣਾਇਆ ਤੈਨੂੰ ਪੁੱਛੀ ਜਾਂਦਾ ਮੈਂ ਕਿਹਨੇ ਬਣਾਇਆ ਸੀ ਕੌਣ ਉਹ ਕੰਪੀਟੀਸ਼ਨ ਕਿਹਨੇ ਦਿੱਤਾ ਮੈਨੂੰ ਮੈਨੂੰ ਕੀ ਪਤਾ ਕਿਹੜਾ ਕੰਪੀਟੀਸ਼ਨ ਹੈ ਨਾਲੇ ਤੂੰ ਆਪ ਭੱਜੇ ਨਾ ਸੈਕਿੰਡ ਆਏ ਕੱਲਾ ਮੇਰੀ ਗੱਲ ਸੁਣ ਤੈਨੂੰ ਪਤਾ ਲੋਕ ਦੂਰੋਂ ਦੂਰੋਂ ਆਉਂਦੇ ਨੇ ਮੇਰੇ ਕੋਲ ਟੈਟੂ ਬਣਾਉਣ ਨੂੰ ਦੂਰੋਂ ਦੂਰੋਂ ਪਰ ਉਹ ਗੱਲ ਵੱਖਰੀ ਹੈ ਵੀ ਦੇਖ ਕੇ ਮੁੜ ਜਾਂਦੇ ਨੇ ਵੀ ਆਪਣੇ ਤੋਂ ਵੱਡਾ ਟੈਟੂ ਕਿਵੇਂ ਪਾਊ ਗੱਲ ਹਲਵਾਈਆਂ ਨਾਲ ਦਿਹਾੜੀਆਂ ਲਾ ਲਾ ਕੇ ਤੂੰ ਜਲੇਬੀਆਂ ਬਣਾਉਣੀਆਂ ਸਿੱਖ ਲਈਆਂ ਬਸ ਐਡੀ ਜਲੇਬੀ ਨਹੀਂ ਹੁੰਦੀ ਨਹੀਂ ਵਾਪਸ ਵੀ ਲਿਆਉਂਦੇ ਜਲੇਬੀ ਵਾਲੇ ਉਹਨੂੰ ਟੈਟੂ ਬਣਾਉਣਾ ਨਹੀਂ ਕਹਿੰਦੇ ਆ ਟੈਟੂ ਆਰਟਿਸਟ ਦੀ ਬੇਇੱਜ਼ਤੀ ਕਰ ਰਿਹਾ ਤੂੰ ਤੈਨੂੰ ਪਤਾ ਟੈਟੂ ਆਰਟਿਸਟ ਦੀ ਪਾਵਰ ਕੀ ਹੁੰਦੀ ਹੈ ਪਤਾ ਤੈਨੂੰ ਨਹੀਂ ਮੈਂ ਦੱਸਦਾ ਪਾਵਰ ਕੀ ਹੁੰਦੀ ਹੈ ਤੇਰਾ ਨਾਮ ਨਾ ਮੈਂ ਆਪਣੇ ਪੈਰ ਦੀ ਧੇੜੀ 'ਤੇ ਨਾ ਬਾਹੂੰਗਾ ਅਤੇ ਇਹੀ ਪੈਰ ਨਾ ਜਾ ਕੇ ਨਾੜੀ 'ਚ ਪਾ ਕੇ ਨਾ ਐਂ ਕਹੂੰਗਾ ਅਤੇ ਤੇਰਾ ਨਾ ਨਾਮ ਪੂਰਾ ਮੈਂ ਢੇਰ ਨਾ ਮੈਂ ਬਦਨਾਮ ਕਰਦਾ ਤੇਰਾ ਨਾਮ ਹੈ ਇੰਨਾ ਕੁ ਤਾਂ ਤੇਰਾ ਪੈਰ ਹੈ ਤੇਰਾ ਨਾਮ ਹੈ ਲਿਖਾ ਲੈ ਲਿਖਾਊਂਗਾ ਮੈਂ ਜਾ ਕੇ ਦੇਖ ਕੇ ਦੇਖਾਉਣਾ ਦੇਖੀ ਤੂੰ ਲਿਖਾ ਲੈ ਮੈਂ ਕਰਦਾ ਯਾਰ ਨਾੜੀ 'ਚ ਡੁੱਬੋ ਕੇ ਨਾ ਐਂ ਕਹੂੰਗਾ ਟੈਟੂ ਆਰਟਿਸਟਾਂ ਤੋਂ ਅੱਗੇ ਵੱਧਦੇ ਹਾਂ ਬੁਲਾਉਂਦੇ ਹਾਂ ਆਪਣੇ ਅੱਜ ਦੇ ਆਰਟਿਸਟ ਨੂੰ ਅਤੇ ਸ਼ੁਰੂ ਕਰਦੇ ਹਾਂ ਉਹਨਾਂ ਦੇ ਨਾਲ ਖੱਪ ਪਰ ਖੱਪ ਤੋਂ ਪਹਿਲਾਂ ਸ਼ੁਰੂ ਕਰਾਂਗੇ ਸਟੈਂਡ ਅਪ ਕਾਮੇਡੀ ਅਤੇ ਬੁਲਾਉਂਦੇ ਆਪਣੇ ਅੱਜ ਦੇ ਕਲਾਕਾਰ ਨੂੰ ਪਲੀਜ਼ ਵੈਲਕਮ ਰਵੀ ਖੁਰਾਨਾ ਹਾਂਜੀ ਕੀ ਹਾਲ ਚਾਲ ਵਧੀਆ 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 ਐਨਰਜੀ ਦਿਖਾਓ ਥੋੜ੍ਹੀ ਠੀਕ ਹੈ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰ ਕੁਆਲਿਟੀ ਚੈੱਕ ਕਰ ਲੈਂਦੇ ਮਾਈ ਨੇਮ ਇਜ਼ ਰਵੀ ਖੁਰਾਨਾ ਆਵਾਜ਼ ਠੀਕ ਆ ਰਹੀ ਹੈ ਤੁਹਾਨੂੰ ਆ ਰਹੀ ਹੈ ਬਹੁਤ ਵਧੀਆ ਬਹੁਤ ਵਧੀਆ ਅਤੇ ਕੌਣ ਕੌਣ ਇੱਥੇ ਜ਼ੀਰਕਪੁਰ ਤੋਂ ਹੈ ਹਾਂ ਤਾਂ ਠੀਕ ਹੈ ਆਡੀਅੰਸ ਦੀ ਕੁਆਲਿਟੀ ਵੀ ਵਧੀਆ ਫਿਰ ਟ੍ਰਿਕ ਕੁਐਸਚਨ ਕੋਈ ਨਹੀਂ ਫਸਿਆ ਮੈਂ ਤੁਹਾਨੂੰ ਦੱਸਦਾ ਮਾਈ ਨੇਮ ਇਜ਼ ਰਵੀ ਖੁਰਾਨਾ ਅਤੇ ਲੋਕਾਂ ਨੂੰ ਲੱਗਦਾ ਮੈਂ ਦਿੱਲੀ ਤੋਂ ਆਇਆ ਹਾਂ ਮੈਂ ਵੈਸਟ ਦਿੱਲੀ ਤੋਂ ਆਇਆ ਅਤੇ ਵੈਸਟ ਦਿੱਲੀ ਇਜ਼ ਬੇਸਿਕਲੀ ਮਿੰਨੀ ਪੰਜਾਬ ਅਸੀਂ ਇੰਨੇ ਜ਼ਿਆਦਾ ਪੰਜਾਬੀ ਹਾਂ ਕਿ ਮੇਰਾ ਇੱਕ ਕਜ਼ਨ ਆਇਆ ਸੀ ਜਲੰਧਰ ਪੰਜਾਬ ਤੋਂ ਉਹਨੇ ਸਾਡੀ ਪੰਜਾਬੀ ਸੁਣੀ ਹੈ ਉਹਦੇ ਮੂੰਹ ਤੋਂ ਭੋਜਪੁਰੀ ਨਿਕਲ ਗਈ ਹੈ ਕਹਿੰਦਾ ਭਈਆ ਤੁਹਾਰੀਆਂ ਤੋਂ ਬਹੁਤ ਜ਼ਿਆਦਾ ਪੰਜਾਬੀ ਬੋਲ ਰਹੇ ਹੈ ਇੱਥੇ ਇੱਥੇ ਕੌਣ ਕੌਣ ਪੰਜਾਬੀ ਹੈ ਕੌਣ ਕੌਣ ਪੰਜਾਬੀ ਹੈ ਇਹ ਵੇਖੋ
तुसी नहीं हो जो पंजाबी ने उन्होंने मैं दसदा पंजाबी होंगे दो टाइप के एक होंगे पंजाब वाले एक होंगे असी लोग साढ़े दादे आए थे पाकिस्तान तो मैनू लगता है 1947 में तारा के थलों जब वो आ रहे थे उन्होंने किया एक पिंकी प्रोमिस कि ओए बलविंदर हाँ गुरविंदर तो एक पाकिस्तान से साढ़े नाल बड़ी कुत्ते खानी हुई है इंडिया जाके बच्चों को झूठ बोल देना है कि पाकिस्तान से असी बड़े अमीर सी इंडिया की गरीब हो मेरे पापा नैक्सट लैवल से फेंकते हैं यार एक दिन मैनू आके कहते पाकिस्तान से असी इन्ने अमीर सी तेरे दादा जी दे पजामे दे नाड़े भी सोने दे होंदे सी मैं क्या यह हरकत अमीरी वाली नहीं जरूर लग रही है मैनू क्योंकि सोना तो विखाने वाली चीज़ है तुसी नाड़े च लुको के घूम रहे हो नहीं यह बंदा ना डिस्पोजेबल प्लेट्स धो के रीयूज करता है तो गल्लां करता है अमीरी दियाँ है एक बार ना मैं अपने पापा दे नाल कार च कित्थे जा रहा सी रेड लाइट आई इधरों भिखारी आ गया तो पापा ने ना शीशा ही खोलता मैं क्या पापा की कर रहे हो इनू बढ़ावा ना दो ए क्राइम होंदा है कहिंदे चुप ते कर सतरीकाल तै जी कहिंदे बंदा रिश्तेदारी ते नवाएगा मैं क्या तुहाडी अमीरी दी गल्लां करना बंदा ते नहीं है है यार मेरे पापा करदे पापा पंती पता है तुहानू मैं दसना घर वाले दिवाली ते सफाई करवाते हैं ना पर छत्ती तो समान लाओ साफ करो वापस रख दो कुछ नहीं सुट्टन देंदे मेरे पापा का इको डायलॉग है ए खानदानी निशानी है मैं क्या ए दादा जी का 100 मोरी वाला कच्छा है ए किस टाइप की खानदानी निशानी है कहता जब 1947 तारा दे थलो आ रहे सी तां फटिया सी मैं क्या फिर तो है देखो मैं तुहानू दसदा पापा होंदे दो टाइप के एक होंगे नॉर्मल पापा एक होंगे पंजाबी पापा नॉर्मल पापा की ना बच्चे या तो इज्जत करते हैं या डरते हैं पंजाबी पापा के घर आते ही मम्मी इन्नी बेइज्जती कर देती है कि बच्चे कह रहे होंगे कोई नहीं पापा दो पैग पियो सो जाओ तो मेरे पापा की तो नैक्सट लैवल से हवा टाइट रहती है क्योंकि मेरी मम्मी है हरियाणा तो और हरियाणा च मुंडे वड्डे होके पहलवान बन रहे ने कुड़िया पैदा होंदे ही शेर मेरी मम्मी नैक्सट लैवल ते है यार एक दिन कल्ले बह के रो रही थी कहती नहीं तेरी जड़ी निक्की मासी है ना मैं क्या हाँ निक्की मासी ओदा जेड़ा हसबेंड है टीटा मैं क्या हाँ हसबेंड है टीटा ओदा 10 रुपए पिछे कतल हो गया मैं क्या 10 रुपए पिछे कतल साड़ी फैमिली च मैं क्या मम्मी कोई नहीं हूँ तो शम्मी मामा ही ध्यान रखे कहते नहीं वह तो बेचारा खुद बड़ा परेशान है उन्हें ही तो किया है मैं क्या कहो जी फैमिली है ब्याह ते जाते हो तुम ब्याह ते जाके ए जिम्मेदार बराती बंदा की करता है कुछ नहीं करते बंदा जाके गोलगप्पे ठूसदा है ठीक है मैं गया थी हरियाणा की एक शादी से जाके मैं गोलगप्पे खाधे खाते खाते ना एक 6.5 फुट का दानव रूपी मानव मेरे को आया आके मैं कहता आ जाओ भैया डांस हो जाएगा मैं क्या क्यों हो जाएगा कह रहा आ जाओ थोड़ा सा हो जाएगा मैं क्या बिल्कुल नहीं होएगा कहता आ जाओ मुझे बड़ी जोर से आ रहा है मैं क्या जोर से आ रहा है मैं क्या डांस है सुसू है कहता चलो फिर कोई नहीं कल तो मैंने जेल चले ही जाना है मैं क्या एक मिनट जेल चले जाना है कह रहा हाँ भैया पिछली शादी में एक बंदे को डांस के लिए बोला था मानना ही कोई नहीं छुरा गोप दिया मैंने मैं क्या वीर जी है तो ओदी गलती है ना फिर तुसी लत लत फसाओ आओ की क्ली करिए तुहाडे घर वो आंदे 12-13 साल के कजन जेड़े आके कहते भैया आपके फोन में गेम है तो दे दो ना मन नहीं करता चपेड़ मार के उन्हें हैलीकॉप्टर बना दिए नहीं मेरा एक कजन आया 12 साल का हिसार हरियाणा तो आके मैनू कहता भैया बीयर पीते हो मैं क्या नहीं मैं तो नहीं पीता कहता भैया ठुस्सू ही हो आप ए ठुस्सू कहो जी गल ही है समझ भी नहीं आ रही बुरा भी लग रहा मैं उन्हें क्या मैं क्या यह सब छट मैनू दस स्कूल किदा चल रहा कहता स्कूल भैया 1st क्लास पिछले हफ्ते फैंसी ड्रेस कॉम्पीटिशन में 1st आया हूँ मैं क्या बहुत वधिया की बनिया सी कहता भैया जेब कतरा मैं क्या यह सारिया गल् छड तू ना पढ़ाई लिखाई कर 5-10 साल मन लगा के पढ़ेगा तो अगे चल के डॉक्टर इंजीनियर कुछ भी बन सकता है महीने दे 1-2 लाख कमा लेंगा कहता भैया हो तो ठुसू ही आप उसी डॉक्टर को किडनैप करूँगा 5 मिनट में 50 करोड़ कमा सकता हूँ मैं क्या प्लान तो तेरा भी ठीक ही है फिर मैनू दस दें लेकिन ऐदा नहीं है मेरी पूरी फैमिली खराब है ਇਹਨਾਂ ਨੂੰ ਆਈਡੀਆ ਪਸੰਦ ਆ ਗਿਆ ਹਾਂ ਮੈਨੂੰ ਲੱਗਦਾ
नहीं ऐदा नहीं है, जज कर रहे हैं मेरी फैमिली ने, ऐदा नहीं, मेरी पूरी फैमिली खराब है। मेरी एक मासी है, निक्की मासी, वो बड़ी सही है। एक दिन मेरे को आई, कहती रवि तू तो आर्टिस्ट है। मैं क्या हाँ, कहती मैं भी आर्टिस्ट हाँ। मैं क्या तुसी भी आर्टिस्ट हो? कहती हाँ मैं गाने लिखनी हाँ। मैं क्या जवेद अख्तर घर बैठा है, मैनू आइडिया ही कोई नहीं। मैं क्या सुनाओ फिर। उन्होंने ना क्या यह डायरी है ऐसे च पढ़ लै। मैं डायरी चखी है, उन्हें सच्चे गाने लिखे थे। पहला गाना मैं पढ़िया कि हर घड़ी बदल रही है रूप जिंदगी छाओ है कभी। मैं क्या मासी है सोनू निगम का गाना है? कहती वही सुन के लिखे है। थैंक यू। मिलते हैं ब्रेक तो बाद, देखते रहो स्टैंड अप ते पाओ खप सीजन 2। रवि की हाल है? ठीक ठाक हो? बहुत बहुत वधिया। डैडी तो क्यों परेशान हो आप? तुहानू भी पता लग गया सारे तुसी आप ही दस रहे हो। ओ की है, डैडी मेरे बड़े वधिया बंदे है, मम्मी नु नहीं लगता। ते मम्मी ने बचपन तो मैनू यही सिखाया है ए बंदा ठीक नहीं। नहीं मतलब कहंदे तुसी जे तुहाडा बस चले तुसी डैडी दे के टैडी ले आओ। तुहानू लगता मैं ट्राई नहीं किया? नहीं मैं गया सी दुकान ते, मैं गया उन्हें कहा कि मेरा महंगा भालू है ते तेरा डैडी चालू है। मैं नहीं शुक्र है उन्हें नहीं किया, मेरे वाले भी ले जा। रवि मतलब अपनी हरकतां करके हाँ जी कई बारी कॉमिक्स में लोगों की नज़रों में दिखना पैंदा है, पर कभी कपड़े चेंज करते करते बाथरूम में दिख गए? ऐ तुसी दिल दे दुख सांझे ते नहीं कर रहे? मैं ना बेइज्जती वाली गल्लां इस करके कर रहा सी क्योंकि कॉमेडियन सी बहुत होंदी है ना, होंदी रहे कभी कभी होंदी है, कभी आपां करते हैं है ना, तुहाडी भी होई होएगी। मेरी ज्यादा होंदी है। ते साडा जिहड़ा इस सैगमेंट दा पहला राउंड है उहदा नाम है बेइज्जती प्रूफ। यस, बेइज्जती प्रूफ राउंड च मैं दसदा होणा की है। लाइफ च बेइज्जती बहुत होई होएगी, बहुत ज्यादा। पर एहो जे कुछ मोमेंट्स होए लाइफ च के बेइज्जती होई होवे, कुछ कर नहीं सकदे, फील ही कर सकदे हो? हुणे मेरे नाल होया, हुणे इहनां ने पीटीसी वालेयां ने मैनूं बुलाया, कहिंदे वड्डा शो बना रहे हां। मैं क्या वड्डा शो? कहिंदे बहुत वधिया एंकर लैके आए हां। फिर मैं आया तुसी मिल गए हो। जिहड़ी मैं चाह तुहाडे अगे रखी है चुंगल पाओ, तुहाडा बंदा है। मेरी तो अनोन बंदे आके कर जाते हैं। हाँ मैं शो तो आन लगा, मैं क्या सैट सूट होके जाइए। मैं गया नाई कोल, उन्हें कटिंग कुटिंग की। मैं उन्हें क्या, मैं क्या मैंने लगता है कलमा बराबर नहीं है, एक बार चैक कर लेंगा। अच्छा, उन्हें बड़े ध्यान नाल चैक किया। फिर मैंने कहें भाजी थोड़ा मूँह ही टेढ़ा है। टेढ़ा तो है तो तुम ये भी कहें अपने वीडियोस के सस्ता उमेश यादव। हाँ जी, तुहानू नहीं लगा कि महंगा कहला अपने आप नूं? नहीं मैं उन्हें ट्वीट भी किया, मैं क्या मैं तेरे वर्गा लगना। उन्हें मैनू पता नहीं, उन्हें आंदी भी नहीं पंजाबी च गाल कटी है। आप नहीं पुछांगे केड़ी पर बेइज्जती प्रूफ ते तुसी काफी हो, रज के जलील होए हो लाइफ च। हैं तुहाडे नाल रहे हां। चलो ठीक है, देखो एक ते स्क्रिप्ट दे नाल फनी होना एक अलग चीज होंदी है। हाँ जी, ऑन द स्पॉट मौके ते फनी होना एक अलग चीज होंदी है। हाँ जी, तुहानू लगदा तुसी मौके ते फनी हो? कोशिश कर लांगे। आपां तुहानू एक वर्ड दवांगे, उस वर्ड दे उत्ते तुसी बस खप बनानी है मौके ते। ठीक है जी, रेडी? ठीक है, ते तुहाडा पहला वर्ड जिहड़ा मैं तुहानू देण लगा ओह है जी कार। देखो कार बड़ी वधिया चीज है, बहुत वधिया चीज है। लओगे किसे दिन? हाँ साइकिल बेची है उन्हें, पैसे पावांगे फिर लवांगे। लेकिन मैनू लगता है कार दी ना अपनी एक प्रॉब्लम हैगी है। की? कुछ लोगों नूं चलानी नहीं आती। ओहो है, मैं रोड ते जा रहा सी, अगो एक बंदा कार लैके आ गया। मैं मारिया डिपर, मैं क्या रुक जा, नहीं रुकया। मैं मारिया हॉर्न, नहीं रुक आ के बजया। फिर मैनू कहिंदा मैं कदा कह रहा रुक जा, तू रुकया क्यों? मैं क्या तू कद गया? कहिंदा मैं कार दे अंदरों कह रहा सी रुक जा। गल माड़ी हो गई। अच्छा तुहाडा दूजा वर्ड पापा। पापा मैं तुहानू दसी जी, पापा बड़े वधिया मेरे। पापा नूं ना मैं एक बारी लैके गया सी डॉक्टर कोल, ते मैं पापा नूं कहा, मैं कहा डॉक्टर तो कुछ नहीं छुपाना है, डॉक्टर नूं सच सच बता दो। ते ए बोल के ना पानी पीन चला गया। ते वीर जी जद मैं वापस आया ते डॉक्टर पापा नूं कह रहे सी, कोई गल नहीं खुराना साहब, औलाद तो सारियां दी कंजर हुंदी है। मैं क्या सारा सच दस्सदा तुसीं? कई गल्लां सच भी बोल जांदे डॉक्टर। हरियाणा? हरियाणा मेरा नानका है। नानका? हाँ जी। हरियाणा च एक शहर है हिसार। हिसार? हाँ। बड़ी क्यूट जगह है, उत्थे जाओ ना फिर वापस नहीं आंदे। नहीं नहीं ऐसा नहीं है, मैं आप गया है हिसार, इतना नाम नहीं करना हिसार वाले। कितने पैसे लगे? थोड़े थोड़े ही ना। ठीक है, मेरे मामा ने ही किया था सी रिफंड।
ਅੱਛਾ ਤੁਹਾਡਾ ਆਖਰੀ ਵਰਡ ਉਹਦੇ ਲਈ ਤਾਂ ਮੈਂ ਪ੍ਰੋਪ ਲੈ ਕੇ ਆਇਆ ਵਿਆਹੇ ਵਰੇ ਬੰਦੇ ਹੋ ਇਹ ਵੀਰ ਜੀ ਯਾਦ ਨਾ ਕਰਾਓ ਮੈਨੂੰ ਤੁਹਾਨੂੰ ਮੈਂ ਇੱਕ ਮੈਮਰੀ ਦਵਾਂ ਤੁਹਾਡੇ ਵਿਆਹ ਦੀ ਹਾਂਜੀ ਮੈਰਿਡ ਲਾਈਫ ਦੀ ਇੱਕ ਮੈਮਰੀ ਇਹਦੀ ਸਪੈਸ਼ਲ ਚੀਜ਼ ਦੱਸਾਂ ਮੈਂ ਵੇਲਣੇ ਦੀ ਇਹਦੇ ਨਾਲ ਰੋਟੀਆਂ ਗੋਲ ਹੁੰਦੀਆਂ ਨੇ ਬੰਦੇ ਸਿੱਧੇ ਹੋ ਜਾਂਦੇ ਨੇ ਵੈਰੀ ਨਾਈਸ ਤੁਹਾਡੀ ਹਾਲੇ ਕਸਰ ਹੈ ਥੋੜ੍ਹੀ ਜਿਹੀ ਘਰ ਜਾ ਕੇ ਪਤਾ ਲੱਗੇਗਾ ਤੁਸੀਂ ਹਾਲੇ ਸਿੱਧੇ ਹੋਵੋਗੇ ਅੱਛਾ ਤੁਸੀਂ ਮਿਮਿਕਰੀ ਵੀ ਕਰਦੇ ਹੋ ਡਬਿੰਗ ਵੀ ਕਰਦੇ ਹੋ ਮੈਂ ਸੁਣਿਆ ਥੋੜ੍ਹੀ ਜਿਹੀ ਹਾਂ ਮੈਂ ਆਸ ਪਾਸ ਦੇ ਜਿਹੜੇ ਅੰਕਲ ਮਿਲਦੇ ਆ ਨਾ ਉਹਨਾਂ ਦੀ ਆਵਾਜ਼ ਫੜ ਲੈਂਦਾ ਆਵਾਜ਼ ਫੜ ਲੈਂਦੇ ਹਾਂ ਮੁਹੱਲੇ ਵਾਲੇ ਅੰਕਲਾਂ ਦੀ ਹਾਂ ਮੁਹੱਲੇ ਦੇ ਅੰਕਲਾਂ ਦੀ ਆਂਟੀਆਂ ਦੀ ਵੀ ਕਰ ਲੈਂਦਾ ਅੱਛਾ ਨਹੀਂ ਲੱਗਦਾ ਆਂਟੀਆਂ ਦੀ ਕਰੇ ਕਰੇ ਪਰਵਿੰਦਰ ਹਾਏ ਕੀ ਹਾਲ ਹੈ ਤੇਰਾ ਗੱਭਰੂ ਜਵਾਨ ਹੋ ਗਿਆ ਵਿਆਹ ਕਿਉਂ ਨਹੀਂ ਕਰਾ ਲੈਂਦਾ ਨਹੀਂ ਆਂਟੀ ਦੀ ਕਰਨੀ ਵੈਰੀ ਨਾਈਸ ਅੱਛਾ ਸਾਡਾ ਜਿਹੜਾ ਅਗਲਾ ਰਾਊਂਡ ਹੈ ਹਾਂਜੀ ਉਹ ਵੀ ਇਦਾਂ ਦਾ ਹੀ ਹੈ ਠੀਕ ਹੈ ਉਹਦਾ ਨਾਮ ਹੈ ਡਬ ਦ ਸੀਨ ਓਕੇ ਤੁਹਾਨੂੰ ਆਪਾਂ ਇੱਥੇ ਸਕਰੀਨ ਤੇ ਇੱਕ ਸੀਨ ਦਿਖਾਵਾਂਗੇ ਮਹਿੰਗਾ ਖਰਚਾ ਮਹਿੰਗਾ ਖਰਚਾ ਤੁਸੀਂ ਐਵੇਂ ਤੁਹਾਨੂੰ ਕਿਹਾ ਨਾ ਮਹਿੰਗਾ ਸੈੱਟ ਲਾਇਆ ਐਂਕਰ ਵਧੀਆ ਲਿਆ ਆਰਟਿਸਟ ਹੀ ਸਸਤੇ ਲਏ ਐ ਲੈਟਸ ਪਲੇ ਦ ਸੀਨ ਚਿੱਟੀ ਚੱਪਲਾਂ ਤੇ ਦਾਗ ਪੈ ਗਏ ਗਲੀ ਤੇਰੀ ਵਿੱਚ ਘਰ ਔਰ ਮੈਂ ਬਿਜਲੀ ਓਏ ਓਏ ਚੱਪਲ ਮੇਰੀ 20 ਬਾਜ਼ਾਰ ਦੀ 50 ਰੁਪਏ ਵਾਲੀ ਚੱਪਲ ਓਏ ਥੱਲੇ ਕਰੋ ਓਏ ਥੱਲੇ ਕਰੋ ਓਏ ਐ ਜਾ ਜਾ ਉਹਨੇ ਕਿਹਾ ਸੀ ਲੰਬੀ ਚਲੇ ਗਈ ਐ ਤੇ ਉੱਤੇ ਚਲੀ ਗਈ ਓਏ ਥੱਲੇ ਥੱਲੇ ਛੱਡ ਯਾਰ ਮੰਮੀ ਮੈਂ ਆ ਗਿਆ ਜਦੋਂ ਮੀਂਹ ਪੈਂਦੇ ਆ ਕੱਚੀਆਂ ਸੜਕਾਂ ਹੁੰਦੀਆਂ ਸੀ ਪਹਿਲਾਂ ਤੇ ਹੁਣ ਤੇ ਚਲੋ ਖੈਰ ਬਣ ਗਈਆਂ ਰੋਡਾਂ ਰੋਡਾਂ ਕਾਫੀ ਪੱਕੀਆਂ ਹੋ ਗਈਆਂ ਪਰ ਹਾਲੇ ਵੀ ਕਈ ਪਿੰਡਾਂ 'ਚ ਨਾ ਇੱਦਾਂ ਹੀ ਸੜਕਾਂ ਨੇ ਤੇ ਵਿਦਇਨ 15 ਮਿੰਟ ਇਹਦਾ ਜਗਾੜ ਲੱਭ ਲੈਣਾ ਪੰਜਾਬੀਆਂ ਨੇ ਕੀ ਪਹਿਲਾਂ ਇੱਕ ਇੱਟ ਸੁੱਟੀ ਫਿਰ ਦੂਜੀ ਸੁੱਟੀ ਤੀਜੀ ਸੁੱਟੀ ਚੌਥੀ ਸੁੱਟੀ ਨਹੀਂ ਹੋਰ ਇਨੋਵੇਸ਼ਨ ਕਿਹਦਾ ਫੱਟਾ ਰੱਖ ਲਿਆ ਇੱਕ ਫੱਟਾ ਦੋ ਫੱਟਾ ਜੇ ਤਿੰਨ ਚਾਰ ਦਿਨ ਇਕੱਠਾ ਮੀਂਹ ਪੈ ਗਿਆ ਸਰਕਾਰ ਨੇ ਫਿਰ ਕੁਛ ਨਹੀਂ ਕੀਤਾ ਇਹਨਾਂ ਨੇ ਚਾਰ ਫੱਟੇ ਲਾ ਕੇ ਪਰਸਨਲ ਹੋ ਗਿਆ ਸੜਕ ਮੋਟਰਸਾਈਕਲ ਲੰਘਾਓ ਪਰਮਿੰਦਰ ਸਿੰਘ ਪਹੁੰਚੇ ਇਹਨਾਂ ਨੇ ਫੱਟੇ ਚੱਕੇ ਤੇ ਵੇਚਤੇ ਨਹੀਂ ਨਹੀਂ ਉਹ ਤਾਂ ਹੀ ਕਹਿੰਦੇ ਨੇ ਚੁੱਕ ਤੇ ਫੱਟੇ ਫੱਟੇ ਮੀਂਹ ਬੰਦ ਹੋ ਗਿਆ ਖੱਪ ਪੈ ਰਹੀ ਹੈ ਪੂਰੀ ਬਹੁਤ ਜ਼ਿਆਦਾ ਅੱਗੇ ਵਧਣ ਤੋਂ ਪਹਿਲਾਂ ਜਿਨ੍ਹਾਂ ਦਾ ਵੀ ਵਿਆਹ ਹੋਣ ਵਾਲਾ ਉਹਨਾਂ ਦਾ ਪਰਸਨਲ ਸਵਾਲ ਮੈਂ ਸੁਣਿਆ ਕਿ ਵਿਆਹ ਵਰਿਆ ਬੰਦਾ ਜਿਵੇਂ ਕਿ ਤੁਸੀਂ ਆਪਣੀ ਮੋਟੀ ਤੋਂ ਇਦਾਂ ਘਬਰਾਉਂਦਾ ਹੈ ਜਿੱਦਾਂ ਅੱਛੀ ਤਰ੍ਹਾਂ ਤੋਂ ਆਸ਼ਿਕ ਸੱਚੀ ਗੱਲਾਂ ਕਾਫੀ ਲੀਕ ਹੋ ਗਈਆਂ ਹਾਂ ਹੈਨਾ ਬਿਲਕੁਲ ਕਦੀ ਤੁਹਾਡੀ ਮੋਟੀ ਨੇ ਤੁਹਾਨੂੰ ਕਿਹਾ ਕਿ 3 ਸੀਟੀਆਂ ਬਾਅਦ ਕੁੱਕਰ ਬੰਦ ਕਰ ਦਿਓ ਵੀਰ ਜੀ ਇਹ ਵੇਖਿਆ ਤੁਸੀਂ ਅੱਛਾ ਜੀ ਇਹ ਹੈ ਦੁੱਖ ਦਰਦ ਸਾਰਾ ਯਾਦ ਆ ਗਿਆ ਵੀਰ ਜੀ ਅੱਛਾ ਮੈਨੂੰ ਲੱਗਦਾ ਤੀਜੀ ਸੀਟੀ ਬਾਅਦ ਭੁੱਲ ਗਏ ਸੀ ਨਹੀਂ ਆਪਣੇ ਘਰ ਦਾ ਖਾਣਾ ਮੈਂ ਹੀ ਬਣਾਉਣਾ ਤੁਸੀਂ ਕਦੀ ਆਪਣੀ ਵਾਈਫ ਨੂੰ ਕਿਹਾ ਕਿ 3 ਸੀਟੀਆਂ ਬਾਅਦ ਬੇਬੀ ਪਲੀਜ਼ ਬੰਦ ਕਰ ਦਿਓ ਹਾਂ ਸ਼ੀਸ਼ੇ ਤਾਂ ਅੱਧ ਟੁੱਟੇ ਸੀ ਇਹ ਯਾਦਗਾਰ ਰੱਖੀ ਹੋਈ ਹੈ ਹਾਂ ਉਹਨੇ ਕਿਹਾ ਜੇ ਸੁੱਟੇ ਤੇ ਤੈਨੂੰ ਵੀ ਸੁੱਟ ਦਾਂਗੇ ਠੀਕ ਹੈ ਵੈਲਿਡ 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 ਤੇ ਆਪਾਂ ਅਗਲੇ ਰਾਊਂਡ ਵੱਲ ਵਧਦੇ ਹਾਂ ਜਿਹਦਾ ਨਾਮ ਹੈ ਕਮੈਂਟ ਤੇ ਕਮੈਂਟ ਇਹ ਸਾਡੇ ਸਾਹਮਣੇ ਕੁਝ ਪ੍ਰੋਪਸ ਪਏ ਖਲਾਰਾ ਪਿਆ ਮੈਂ ਇੱਕ ਸੈਲੀਬ੍ਰਿਟੀ ਦੀ ਫੋਟੋ ਚੱਕਾਂਗਾ ਤੁਸੀਂ ਇੱਕ ਰੈਂਡਮ ਕਮੈਂਟ ਚੱਕੋਗੇ ਤੇ ਬਾਅਦ ਚ ਉਹਨਾਂ ਨੂੰ ਜੋੜੋਗੇ ਜੇ ਜੁੜ ਗਿਆ ਠੀਕ ਹੈ ਨਹੀਂ ਤੇ ਉੱਤੇ ਕਵਰ ਅਪ ਕਰੋਗੇ ਉਹਨੂੰ ਪੋਚਾ ਪਾਓਗੇ ਕਰਨਾ ਹੀ ਪਏਗਾ ਠੀਕ ਹੈ ਕਰਨਾ ਹੀ ਪਏਗਾ ਹੈ ਨਾ ਠੀਕ ਹੈ ਕਰੀਏ ਸ਼ੁਰੂ ਹਾਂਜੀ ਸਾਡੇ ਪਹਿਲੇ ਸੈਲੀਬ੍ਰਿਟੀ ਡਰ ਜਿੰਨਾ ਮਰਜ਼ੀ ਤੂੰ ਚੀਖ ਲੈਣ ਦੇ ਕਾਕਾ ਮੇਰਾ ਗਿਆ ਸੱਚ ਆ ਗਿਆ ਫਿਲਟਰ ਜਚਿਆ ਬਿੱਲੋ ਬੱਗੇ ਬਿੱਲਿਆ ਤਾਂ ਕੀ ਕਰੇ ਕਿੰਨਾ ਇੰਪੋਰਟੈਂਟ ਕੁਐਸਚਨ ਪੁੱਛਿਆ ਬੜਾ ਅਰਜਨ ਢਿੱਲੋ ਅਰਜਨ ਢਿੱਲੋ ਮੇਰਾ ਮੈਂ ਵੇਖੋ ਅੱਜ ਦਾ ਬੰਦਾ ਇਹ ਨਾ ਕੁੜੀਆਂ ਦੇ ਤਰਫੋਂ ਮੈਂ ਕਿਹਾ ਕਿ ਨੀਰਾ ਜੈਰ ਬਾਕੀ ਮੇਰੇ ਤੇ ਭਰਾ ਵਰਗਾ ਮੇਰਾ ਖਿਆਲ ਹੈ ਜੈਰ ਜੈਰ ਨੀਰਾ ਹਟਾ ਦੇ ਓਕੇ ਜਿੰਮ ਪਾ ਜੀ ਗੱਲਬਾਤ ਇਹ ਤੇ ਸੈੱਟ ਹੋ ਗਿਆ ਗੱਲਬਾਤ ਹੈ ਜੀ ਦੇਵ ਖਰੋੜ ਦੇਵ ਖਰੋੜ ਇਹ ਵੀਰ ਜੀ ਇਹਦੀ ਅੱਖਾਂ ਵੇਖੋ ਹੋਏ ਕਾਜਲ ਇਸ ਟਾਈਮ ਤੇ ਮੋਗੇ ਦੇ ਕਾਊਬੋਏ ਲੱਗ ਰਹੇ ਹਿਮਾਂਸ਼ੀ ਖੁਰਾਨਾ ਹੈ ਕਿਗਰਾਨਾ ਤੇ ਗਲਤ ਚੱਕਿਆ ਗਿਆ ਚਲੋ ਹੁਣ ਤੇ ਚੁੱਕਿਆ ਗਿਆ ਉਹਨੂੰ ਕਵਰ ਅਪ ਕਰੋ ਇਹ ਵੀ ਖੁਰਾਨਾ ਮੈਂ ਵੀ ਖੁਰਾਨਾ ਸਾਡਾ ਚੱਲਦਾ 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 ਵੀਰ ਸਿੰਘ ਭਾਜੀ ਮੇਰਾ ਕੀ ਹੈ ਪਿਓਰ ਪੰਜਾਬੀ
ਇਹ ਤਾਂ ਪਿਓਰ ਪੰਜਾਬੀ ਮੈਨੂੰ ਲੱਗਦਾ ਹੈ। ਤਾਲੀਆਂ ਹੋ ਜਾਣੀ ਇੱਕ ਵਾਰ ਵੀਰੇ ਦੀ। ਹੈ ਹੁਣ ਮੇਰੇ ਕੋਲ ਰਹਿ ਗਏ ਨੇ ਦੋ ਮੇਰੇ ਕੋਲ। ਸਮੀਪ ਕੰਨ ਬਾਈ ਸਿਰਾ ਸਿਰਾ ਬਾਈ ਸਿਰਾ ਹੈ ਹੋਏ ਹੋਏ ਠੀਕ ਹੈ ਬਹੁਤ ਠੀਕ ਹੈ ਬਾਈ ਸਿਰਾ ਹੈ ਬਾਈ ਸਿਰਾ ਹੈ। ਚਲ ਤੇ ਹੁਣ ਸਾਡੇ ਜਿਹੜੇ ਲਾਸਟ ਸੋਨੀਆ ਮਾਨ ਸੋਨੀਆ ਮਾਨ ਤੌਰ ਮਿੱਤਰਾਂ ਦੀ ਵੀ ਜੀ ਤੁਸੀਂ ਜਾਣਦੇ ਹੋ ਪਰਸਨਲੀ ਨਹੀਂ ਨਹੀਂ ਜਾਣਦੇ ਨਹੀਂ ਤਾਂ ਤੁਸੀਂ ਪੜ ਲੈਂਦੇ ਮੇਰਾ ਖਿਆਲ ਹੈ ਨਹੀਂ ਵੀਰ ਜੀ ਮੈਂ ਵਾਪਿਸ ਲੈਣਾ ਚਾਹੁੰਦਾ ਆਪਣੇ ਵਰਡਸ ਪਾਸ 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 ਥੈਂਕ ਯੂ ਰਵੀ ਤੁਸੀਂ ਬਹੁਤ ਵਧੀਆ ਖੇਡੇ ਬਹੁਤ ਵਧੀਆ ਪੁੱਛੇ ਪਾਏ ਹਾਂਜੀ ਠੀਕ ਹੈ ਤੇ ਕਈ ਤੁਸੀਂ ਬਹੁਤ ਵਧੀਆ ਐਕਸੀਡੈਂਟਲੀ ਵਧੀਆ ਐਕਸੀਡੈਂਟਲੀ ਆ ਹਾਂਜੀ ਤੁਹਾਡਾ ਅਗਲਾ ਜਿਹੜਾ ਰਾਊਂਡ ਹੈ ਦੈਟ ਇਜ਼ ਹਾਂ ਜਾਂ ਨਾ ਠੀਕ ਹੈ ਜੀ ਬਸ ਜੋ ਤੁਹਾਨੂੰ ਸਵਾਲ ਪੁੱਛਣਾ ਉਹਦਾ ਤੁਸੀਂ ਜਵਾਬ ਦੇਣਾ ਪਰ ਵਿਦਆਊਟ ਸੇਇੰਗ ਹਾਂ ਜਾਂ ਨਾ ਚੈਲੰਜ ਠੀਕ ਹੈ ਜੀ ਹਾਂਜੀ ਤੁਹਾਡੀ ਮੰਮੀ ਨੇ 에ਅਰ ਪਿਊਰੀਫਾਇਰ ਨੂੰ ਕੱਪੜੇ ਨਾਲ ਟੱਕਿਆ ਤਾਂ ਕਿ ਮਿੱਟੀ ਨਾ ਪੈ ਜਾਵੇ ਮੇਰੀ ਮੰਮੀ ਨੇ ਤੇ ਪਾਪਾ ਵੀ ਟੱਕਿਆ ਹੋਇਆ ਮੇਰਾ ਉਹਨਾਂ ਤੋਂ ਵੀ ਮਿੱਟੀ ਪੈ ਜਾਵੇ ਪਾਪਾ ਤੁਹਾਡੇ ਚਲੋ ਰੱਬ ਤੁਹਾਨੂੰ ਵੀ ਟੱਕੇ ਹਾਂ ਕੀ ਇਹ ਸੱਚ ਹੈ ਤੁਹਾਡੀ ਸਹੇਲੀ ਨੇ ਕਿਹਾ ਤਾਰੇ ਤੋੜ ਲਿਆਓ ਤੁਸੀਂ ਮਹੱਲੇ ਦੀਆਂ ਤਾਰਾਂ ਤੋੜ ਕੇ ਲੈ ਗਏ ਮੈਂ ਨਾ ਬਲਬ ਚੋਰੀ ਕਰਨ ਗਿਆ ਸੀ ਤਾਰਾਂ ਨਾਲ ਮੁਫਤ ਮਿਲ ਗਈਆਂ ਮੈਨੂੰ ਸਹੇਲੀ ਵੀ ਕੁਛ ਮੈਂ ਵੀ ਕੁਛ ਸਾਡੀ ਪਾਰਕ 'ਚ ਤੁਸੀਂ ਲਾਏ ਹਾਂਜੀ ਵੀਰ ਜੀ ਅੰਦਰ ਵਾਲਾ ਬਲਬ ਤਾਂ ਨਹੀਂ ਲਾਇਆ ਤੁਹਾਡੀ ਨਜ਼ਰ ਸੀ ਉਸ 'ਤੇ ਨਹੀਂ ਨਹੀਂ 50-50 ਗੱਲ ਕੀ ਇਹ ਸੱਚ ਹੈ ਕਿ ਤੁਸੀਂ ਕੀੜੀਆਂ ਨੂੰ ਭੁਲੇਖਾ ਪਾਉਣ ਲਈ ਖੰਡ ਵਾਲੇ ਡੱਬੇ 'ਤੇ ਲੂਣ ਲਿਖਤਾ ਮੈਂ ਕੀੜੀਆਂ ਦੇ ਉੱਤੇ ਹੱਥ ਹੀ ਲਿਖਤਾ ਮੈਂ ਕਿਹਾ ਜਾਓ ਹੁਣ ਗੰਨੇ ਖਾਓ ਲਿਖ ਕੇ ਦਿਖਾਓ ਮੈਨੂੰ ਕੀੜੀ ਜਿੰਨੀ ਕੋਈ ਚੀਜ਼ ਦਿੱਤੀ ਜਾਵੇ ਕੀੜੀ ਲੱਭੋ ਤੁਸੀਂ ਮੈਂ ਲਿਖ ਕੇ ਮੈਂ ਕੀੜੀ ਜਿੰਨੀ ਚੀਜ਼ ਲੱਭਾਂਗਾ ਉਹਦੇ ਹੱਥ ਹੀ ਲਿਖੋ ਤੁਸੀਂ ਫਿਰ ਟੈਕਨੀਕਲ ਹੋ ਰਹੇ ਮੈਂ ਸਟੈਂਡ ਅਪ ਕਮੇਡੀਅਨ ਹਾਂ ਤੁਹਾਡੇ ਗ੍ਰਹਿ ਕਲੇਸ਼ ਤੋਂ ਬਾਅਦ ਤੁਹਾਡੇ ਘਰ 'ਚ ਮੂੰਗੀ ਮਸਰੀ ਬਣਦੀ ਹੈ ਮੂੰਗੀ ਮਸਰੀ ਤਾਂ ਰੋਜ਼ ਹੀ ਬਣਦੀ ਹੈ ਇੱਕ ਵਾਰੀ ਨਾ ਲੋਕਡਾਊਨ ਲੱਗਿਆ ਸੀ ਮੇਰੇ ਫਰੈਂਡ ਨੇ ਫੋਨ ਕੀਤਾ ਕਹਿੰਦਾ ਆ ਜਾ ਘਰ ਚਿਕਨ ਚਾੜਿਆ ਅਤੇ ਮੈਂ ਕਿਹਾ ਜਾਂਦਾ ਅਤੇ ਮੇਰੀ ਵੋਟੀ ਕਹਿੰਦੀ ਮੈਂ ਵੀ ਜਾਵਾਂਗੀ ਮੈਂ ਕਿਹਾ ਚੱਲ ਲੈ ਉਹਨੇ 3 ਸੂਟ ਕੱਢੇ ਕਹਿੰਦੀ ਕੀ ਪਾਵਾਂ ਮੈਂ ਕਿਹਾ ਤੂੰ ਕੁਝ ਵੀ ਪਾ ਲੈ ਗੰਦਾ ਹੀ ਲੱਗਣਾ ਫਿਰ ਉਹਨੇ ਕਲੇਸ਼ ਪਾਇਆ ਫਿਰ ਘਰ ਮੂੰਗੀ ਦੀ ਦਾਲ ਹੀ ਖਾਧੀ ਹੈ ਮੈਨੂੰ ਲੱਗਦਾ ਬਣਾਈ ਵੀ ਤੁਸੀਂ ਆਪ ਹੀ ਹੋਣੀ ਹੈ 3 ਸਿਟੀਆਂ 3 ਸਿਟੀਆਂ ਯਾਦ ਰੱਖੋ ਤੁਹਾਡੀ ਲਵ ਮੈਰਿਜ ਹੋਈ ਹੈ ਅਰੇਂਜ ਮੈਰਿਜ ਫੋਰਸਡ ਤੁਹਾਡਾ ਇਹ ਇਲਜ਼ਾਮ ਹੈ ਆਪਣੀ ਵਾਈਫ 'ਤੇ ਕਿ ਸਕੂਟਰ ਦੀਆਂ ਬ੍ਰੇਕਾਂ ਹੋਣ ਦੇ ਬਾਵਜੂਦ ਵੀ ਉਹ ਪੈਰ ਨਾਲ ਰਗੜ ਕੇ ਸਕੂਟਰੀ ਰੋਕਦੀ ਸਕੂਟਰੀ ਇੱਕ ਵਾਰੀ ਤਾਂ ਉਹ ਗੱਡੀ ਉਹਨੇ ਦਰਵਾਜ਼ਾ ਖੋਲਿਆ ਉਹ ਵੀ ਪੈਰ ਨਾਲ ਰੋਕੀ ਸੀ ਵੀਰ ਜੀ ਗੱਡੀ ਹਾਂ ਫਿਰ ਪਲਸਤਰ ਹੋਇਆ ਤੁਹਾਨੂੰ ਕੀ ਲੱਗਦਾ ਇਹ ਜਿਹੜੀ ਚੁੜੇਲ ਹੁੰਦੀ ਹੈ ਉਹਦੇ ਪੈਰ ਪੁੱਠੇ ਕਿਉਂ ਹੁੰਦੇ ਸਕੂਟੀ ਰੋਕੀ ਸੀ ਉਹਨੇ ਗੱਲਾਂ ਗੱਲਾਂ 'ਚ ਤੁਸੀਂ 3 ਜਵਾਬਾਂ 'ਚ ਹਾਂ ਜਾਂ ਨਾ ਕਰ ਗਏ 5 ਚੋਂ 3 'ਚ ਵੀਰ ਜੀ ਇਹ ਤਾਂ ਸਪਲੀ ਫੇਲ ਹੋ ਗਏ ਹੋ ਇਹ ਤਾਂ ਸਪਲੀ ਆ ਗਈ ਇੱਦਾਂ ਤਾਂ ਗੱਲਾਂ ਗੱਲਾਂ 'ਚ ਵੋਟੀ ਤਾਂ ਚੁੜੇਲ ਕਹਿ ਗਏ ਯਾਰ ਇਹ ਕੋਈ ਗੱਲ ਇੰਨਾ ਸੱਚ ਕਿਹੜਾ ਬੋਲਦਾ ਜੀ ਅਤੇ ਹਾਰ ਵੀ ਗਿਆ ਘਰ ਜਾ ਕੇ ਕੁੱਟਾ ਆਪੇ ਇੱਥੇ ਸੀ ਆਪਾਂ ਘਰ ਆ ਕੇ ਦਾਲ ਚਾੜ ਰਹੇ ਹਾਂ ਸੌਰੀ ਵੈਸੇ ਵਿਆਹੇ ਵਾਲੇ ਬੰਦੇ ਨੂੰ ਇੱਕ ਕੰਮ ਜ਼ਰੂਰ ਕਰਨਾ ਚਾਹੀਦਾ ਕਿਹੜਾ ਜ਼ਬਾਨ ਸੰਭਾਲ ਕੇ ਵੀਰ ਜੀ ਅਸੀਂ ਬੋਲੀ ਦਾ ਹੀ ਨਹੀਂ ਨਹੀਂ ਸਾਡੇ ਅਗਲੇ ਰਾਊਂਡ ਦਾ ਨਾਮ ਹੈ ਜ਼ਬਾਨ ਸੰਭਾਲ ਕੇ ਇਸ ਰਾਊਂਡ 'ਚ ਤੁਸੀਂ ਕੀ ਕਰਨਾ ਤੁਹਾਨੂੰ ਮੈਂ ਇੱਕ ਸਿਚੁਏਸ਼ਨ ਦੇਵਾਂਗਾ ਅਤੇ 4 ਗਾਣੇ ਦੇਵਾਂਗਾ ਉਸ ਸਿਚੁਏਸ਼ਨ ਨਾਲ ਉਹਨਾਂ 4 ਚੋਂ ਕਿਹੜਾ ਗਾਣਾ ਸਭ ਤੋਂ ਜ਼ਿਆਦਾ ਫਿੱਟ ਬੈਠਦਾ ਉਹ ਤੁਸੀਂ ਸਾਨੂੰ ਦੱਸਣਾ ਅੱਛਾ ਜੀ ਠੀਕ ਹੈ ਠੀਕ ਡਨ ਕਰੀਏ ਫਿਰ ਸ਼ੁਰੂ ਹਾਂਜੀ ਤੁਸੀਂ ਆਪਣੇ ਫਰੈਂਡ ਦੇ ਬਰਥਡੇ 'ਤੇ ਗਏ ਹੋ ਮੈਂ ਗਿਆ ਉਹਨਾਂ ਨੇ ਤੁਹਾਡੀ ਚੰਗੀ ਕੰਬਲ ਕਟਾਈ ਕੀਤੀ ਚੰਗੀ ਮਤਲਬ ਮੈਂ ਰੱਜ ਕੇ ਇਹ ਵੀਰ ਜੀ ਪਰਸਨਲ ਬੰਦਕ ਤੇ ਨਹੀਂ ਕੱਟ ਰਹੇ ਤੁਸੀਂ ਲਿਟਲ ਬਿਟ ਲੱਗ ਰਿਹਾ ਮੈਨੂੰ ਤੁਹਾਨੂੰ 10-15 ਮਿੰਟ ਦਬਾ ਕੇ ਰੱਖਿਆ ਮਤਲਬ ਥੱਲੇ ਨੱਪ ਕੇ ਕਿੱਲੀ ਠੀਕ ਹੈ ਜੀ ਪਰ ਤੁਸੀਂ ਉੱਠ ਕੇ ਬੜੇ ਐਟੀਟਿਊਡ ਦੇ ਨਾਲ ਕਿਹਾ ਕਿ ਨਹੀਂ ਕੁਛ ਨਹੀਂ ਕੁਛ ਘਰ ਫਿਰ ਜਦੋਂ ਤੁਹਾਡੀ ਵਾਈਫ ਨੇ ਤੁਹਾਨੂੰ ਪੁੱਛਿਆ ਕਿ ਬਰਥਡੇ ਕਿੱਦਾਂ ਦਾ ਰਿਹਾ ਉਹਨਾਂ ਨੂੰ ਤੁਸੀਂ ਇਹ ਗਾਣਾ ਗਾ ਕੇ ਡਿਸਕ੍ਰਾਈਬ ਕੀਤਾ ਮਤਲਬ ਪਹਿਲਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦੱਬਦਾ ਕਿੱਥੇ ਆ ਬਾ ਯਾਰ ਨੇ ਠੀਕ ਹੈ ਜੀ ਚਿੱਟਾ ਕੁੜਤਾ ਲਬੇੜਿਆ ਤੂੰ ਖੂਨ ਨਾਲ ਵੇ ਕਰਨ ਔਜਲਾ ਬਣ ਕੇ ਤੁਸੀਂ ਬਟਰਫਲਾਈ ਕਿੱਧਰ ਨੂੰ ਚੱਲੇ ਹੋ ਤੇ ਕਹਾਣੀ ਕਰ ਕਰਦੀ ਵੀਰ ਜੀ ਪਹਿਲਾ ਵਾਲਾ ਗਾਣਾ ਹੀ ਬੈਸਟ ਹੈ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦੱਬਦਾ ਕਿੱਥੇ ਹੈ ਅੱਛਾ ਜੀ ਉਹ ਤਾਂ ਮੈਂ ਦੇਖ ਲਿਆ ਸੀਗਾ ਬਾਹਰ ਬੰਦੇ ਲਾਏ ਸੀ ਨਾ ਜਿਹੜੇ ਵੀ ਇਹਨੂੰ ਸ਼ੋਅ 'ਚ ਐਂਟਰ ਨਾ ਹੋਣ ਦੇਈ
ਐਵੇਂ ਕਿਵੇਂ ਫਿਰ ਲੰਘਿਆ ਜੱਟ ਤੱਤਾ ਬਹੁਤ ਹੈ ਜੱਟ ਦਬਦਾ ਕਿੱਥੇ ਹੈ ਬੰਦੇ ਲਾਏ ਸੀ ਹੈ ਉਹ ਮੱਖੀ ਆ ਉਹ ਕੋਈ ਨਾ ਮੈਂ ਦੇਖਦਾ ਤੈਨੂੰ ਬਾਅਦ ਚ ਸਮਝਦਾ ਮੈਂ ਤੁਸੀਂ ਭਾਈ ਹਾਂ ਤੁਸੀਂ ਦਿੱਲੀ ਤੋਂ ਉਹਨੂੰ ਹਾਂਜੀ ਹਾਂਜੀ ਹੈ ਨਾ ਫਿਰ ਪਹਿਲਾਂ ਕੀ ਕਹਿੰਦੇ ਸੀਗੇ ਵੀ ਮੈਂ ਜੀਰਕਪੁਰ ਤੋਂ ਹਾਂ ਜੀਰਕਪੁਰ ਤੋਂ ਹਾਂ ਇੱਕ ਗੱਲ ਤੇ ਸਟੈਂਡ ਰੱਖੀਦਾ ਹੁੰਦਾ ਨਾ ਆਈ ਡੋਂਟ ਲਾਈਕ ਹੂ ਲਾਈਕ ਤੁਹਾਨੂੰ ਪਤਾ ਮੈਂ ਵੀ ਕਦੇ ਕਦੇ ਦਿੱਲੀ ਤੋਂ ਲੰਘਦਾ ਹੁੰਦਾ ਲੰਘਦਾ ਤੇ ਰੁਕਦਾ ਕਿਉਂ ਵਿਚਾਰੇ ਨੂੰ ਐਮਸੀਡੀ ਵਾਲੇ ਚੁੱਕ ਕੇ ਲੈ ਜਾਂਦੇ ਓਏ ਹੈਲੋ ਕੀ ਕਿਹਾ ਤੈਨੂੰ ਪਤਾ ਮੈਂ ਕਿੰਨਾ ਤੱਤਾ ਮੇਰੀ ਇਜਾਜ਼ਤ ਤੋਂ ਬਿਨਾਂ ਮੈਨੂੰ ਕੋਈ ਨਹੀਂ ਚੱਕ ਸਕਦਾ ਉਹ ਮੈਨੂੰ ਤਾਂ ਮੇਰੀ ਮੰਮੀ ਨਹੀਂ ਚੱਕਦੀ ਵੀ ਜੀ ਤੁਸੀਂ ਵੈਸੇ ਵੀ ਚੁੱਕਣ ਵਾਲੀ ਚੀਜ਼ ਹੋ ਨਹੀਂ ਤੁਸੀਂ ਟਿਕਟਾਂ ਲਾ ਕੇ ਵੇਚਣ ਵਾਲੀ ਚੀਜ਼ ਹੋ ਭਾਈ ਮੈਂ ਨਾ ਗੈਸਟ ਗੁਸਟ ਨਹੀਂ ਦੇਖਦਾ ਹੁੰਦਾ ਮੈਂ ਤੁਹਾਨੂੰ ਦੱਸਾਂ ਠੀਕ ਹੈ ਹੁਣ ਮੇਰਾ ਨਾ ਪਾਰਾ ਬਹੁਤ ਤੱਤਾ ਹੋ ਰਿਹਾ ਠੀਕ ਹੈ ਮੈਂ ਪਰਮਿੰਦਰ ਭਾਈ ਮੈਨੂੰ ਤੁਹਾਡੇ ਦਾ ਕੰਮ ਪੈ ਗਿਆ ਵੈਸੇ ਮੈਨੂੰ ਪੈਂਦਾ ਨਹੀਂ ਹੈਗਾ ਕਦੇ ਰੱਬ ਨਾ ਕਰੇ ਪਾਵੇ ਵੀ ਨਾ ਦੱਸੋ ਹਜ਼ਾਰ ਕੁ ਰੁਪਇਆ ਦੇ ਹਜ਼ਾਰ ਰੁਪਇਆ ਮੰਗਿਆ ਮੈਂ ਟਿਕਟ ਕਰਾਉਣੀ ਕਿਰਲੀ ਹਜ਼ਾਰ ਹੀ ਹੈ ਫਿਰ ਇਹ ਵੀ ਰੱਖ ਲਓ ਟਿਕਟ ਵੀ ਆ ਜਾਣੀ ਹੈ ਦੋ ਬਰਗਰ ਵੀ ਆ ਜਾਣੇ ਨਾਲ ਨਹੀਂ ਨਹੀਂ ਫਿਰ ਇਹ ਵੀ ਰੱਖ ਲਓ ਮੈਂ ਕੋਈ ਨਾ ਕਿਸੇ ਨੂੰ ਹੱਥ ਦੇ ਕੇ ਇਹਨਾਂ ਨੂੰ ਚੜਾ ਦੂੰਗਾ ਕੋਈ ਨਾ ਰਹਿਣ ਦੋ ਤੁਸੀਂ ਓਏ ਤੂੰ ਜ਼ਿਆਦਾ ਨਾ ਹੱਥ ਦੇਈ ਅਗਲੇ ਨੂੰ ਹੱਥ ਨਾ ਦਿਖਿਆ ਉਹ ਮੇਰੀ ਜ਼ਿੰਮੇਵਾਰੀ ਹੈ ਬਸ ਅੱਲਾ ਕਹਿ ਰਿਹਾ ਉਂਗਲੀ ਕਿੰਨੇ ਦਿੱਤੀ ਹੈ ਨਹੀਂ ਮੈਂ ਕੋਈ ਗੱਲ ਨਹੀਂ ਮੈਂ ਗੱਲ ਕਰਵਾਉਂਗਾ ਓਏ ਕਹਿੰਦਾ ਮੱਕੀ ਉੱਡਦੀ ਪਈ ਹੈ ਲੇਕਿਨ ਤੂੰ ਨਾ ਚੱਲ ਜਾ ਯਾਰ ਤੂੰ ਜਾ ਵਿਹਲੀ ਮੇਰੇ ਤੇ ਬਾਲ ਸ਼ੋਸ਼ਣ ਦਾ ਕੇਸ ਹੋ ਜਾਏ ਕੀ ਫਾਇਦਾ ਅੱਛਾ 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 ਠੀਕ ਹੈ ਮੇਰੀ ਗੱਲ ਸੁਣੋ ਹੁਣ ਤਾਂ ਵੀ ਤੁਸੀਂ ਲੈਣ 'ਤੇ ਆਏ ਹੋ ਠੀਕ ਹੈ ਗੈਸਟ ਹੋ ਗੈਸਟ ਬਣ ਕੇ ਆਇਆ ਕਰੋ ਠੀਕ ਹੈ ਆਰਟਿਸਟ ਬਣਦੇ ਆ ਯਾਰ ਲੋੜ ਪੈਂਦੀ ਇੱਕ ਦੂਜੇ ਨੂੰ ਆਪਸ 'ਚ ਯਾਰ ਸਮਝ ਆਇਆ ਤੂੰ ਤੁਸੀਂ ਤਾਂ ਕੀ ਸਮਝਾਉਣਾ ਤੂੰ ਮੌਲ ਜਾਂਦੇ ਉਹ ਦਰਵਾਜ਼ੇ 'ਚ ਲੰਘਦੇ ਆ ਨਾ ਇੰਜ ਕਰਕੇ ਲਾਉਂਦਾ ਗਿਆ ਇਹਦੀ ਪੂਰੀ ਬਾਡੀ ਕਰ ਜਾਂਦੀ ਕੋਈ ਗੱਲ ਨਹੀਂ ਤੈਨੂੰ ਵੀ ਦੇਖ ਲੂੰਗਾ ਮੈਂ ਜਿਹੜੇ ਬੰਦੇ ਲਾਏ ਸੀ ਨਾ ਬਾਹਰ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਇਹ ਕਹਿ ਕੇ ਆਉਂਦਾ ਹਾਂਜੀ ਠੀਕ ਹੈ ਜੀ ਪਹਿਲਾਂ ਤੁਹਾਡੇ ਨਾਲ ਗੱਲ ਕਰ ਲਈਏ ਹੈ ਮੂਵੀ ਵੇਖਦੇ ਹੋ ਸਾਰੇ ਤੁਸੀਂ ਵੇਖਦੇ ਕਿਹੜੀ ਫੇਵਰੇਟ ਮੂਵੀ ਦੱਸੋ ਮੈਨੂੰ ਹੈਲੋ ਹਾਂ ਹੈਲੋ ਕੀ ਨਾਂ ਹੈ ਤੁਹਾਡਾ ਨੀਸ਼ੂ ਫੇਵਰੇਟ ਮੂਵੀ ਦੱਸੋ ਮੈਨੂੰ ਸੌਕਣ 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 ਵਧੀਆ ਹੈ ਕੋਈ ਸੌਕਣ ਹੈ ਨਾਲ ਬੈਠੀ ਹੈ ਨਹੀਂ ਠੀਕ ਹੈ ਮੈਂ ਵੇਖਣਾ ਬਾਲੀਵੁੱਡ ਮੂਵੀ ਇਹ ਵਧੀਆ ਜਵਾਬ ਦਿੱਤਾ ਮੈਂ ਪਿਛਲੇ ਹਫ਼ਤੇ ਸ਼ੋਅ ਕਰ ਰਿਹਾ ਨੋਇਡਾ 'ਚ ਨਾ ਉੱਥੇ ਇੱਕ ਕੁੜੀ ਬੈਠੀ ਸੀ ਮੈਂ ਪੁੱਛਿਆ ਮੈਂ ਕਿਹਾ ਮੈਮ ਆਪਕੀ ਫੇਵਰੇਟ ਮੂਵੀ ਕੌਨ ਸੀ ਹੈ ਕਹਿੰਦੀ ਭਈਆ ਵਿਵਾਹ ਔਰ ਕੁਛ ਕੁਛ ਹੋਤਾ ਹੈ ਮੈਂ ਕਿਹਾ ਇੱਕ ਤਾਂ ਪਹਿਲੇ ਤੂੰ ਚੋਇਸ ਠੀਕ ਕਰ ਦੂਜਾ ਸੀਕਵੈਂਸ ਠੀਕ ਕਰ ਕਹਿੰਦੀ ਭਈਆ ਹਮਾਰੀ ਤਾਂ ਅਰੇਂਜ ਮੈਰਿਜ ਹੋਈ ਸੀ ਨਾ ਮੈਂ ਕਿਹਾ ਇਹ ਸਿਆਪੇ ਤੇ ਨਹੀਂ ਮੈਂ ਸੋਲਵ ਕਰਨ ਆਇਆ ਤੁਹਾਡੇ ਲੇਕਿਨ ਮੈਂ ਆਪਣੇ ਬਾਰੇ ਦੱਸਦਾ ਮੈਂ ਕਿਉਂ ਗੱਲ ਕਰ ਰਿਹਾ ਮੈਂ ਬਹੁਤ ਜ਼ਿਆਦਾ ਮੂਵੀਜ਼ ਵੇਖਣਾ ਬਾਲੀਵੁੱਡ ਤੋਂ ਇੰਨੀ ਜ਼ਿਆਦਾ ਹੁਣ ਇਹ ਹੋ ਗਿਆ ਮੇਰੇ ਲਾਈਫ ਦੇ ਸਾਰੇ ਡਿਸੀਜਨ ਬਾਲੀਵੁੱਡ ਹੀ ਲੈ ਰਿਹਾ ਨਹੀਂ ਫੋਰ ਐਗਜ਼ਾਮਪਲ ਜਦ ਮੈਂ ਪੈਦਾ ਹੋਇਆ ਨਾ ਮੈਂ ਅੱਖਾਂ ਖੋਲੀਆਂ ਅਤੇ ਮੈਂ ਆਪਣੇ ਗਰੀਬ ਪਿਓ ਨੂੰ ਵੇਖਿਆ ਮੈਂ ਤਾਂ ਡਿਸਾਈਡ ਕਰ ਲਿਆ ਮੈਂ ਕਿਹਾ ਮੈਂ ਕਿਸੇ ਅਮੀਰ ਸੇਠ ਦੀ ਔਲਾਦ ਹਾਂ ਸੇਠ ਅਮੀਰ ਚੰਦ ਜਿਹਨੂੰ ਇਹ ਗਰੀਬ ਆਦਮੀ ਧੋਖੇ ਨਾਲ ਲੈ ਆਇਆ ਮੈਂ ਵੇਟ ਕਰਿਆ ਇੱਕ ਦਿਨ ਸੇਠ ਜੀ ਆਉਣਗੇ ਆਪਣੇ ਘਰ ਦੇ ਚਿਰਾਗ ਨੂੰ ਲੱਭਦੇ ਹੋਏ ਅਤੇ ਉਸ ਦਿਨ ਮੈਂ ਅਤੇ ਸੇਠ ਜੀ ਮਿਲ ਕੇ ਇਸ ਗਰੀਬ ਆਦਮੀ ਨੂੰ ਬੜਾ ਕੁੱਟਾਂਗੇ ਨਹੀਂ ਇਹਨੇ ਮੈਨੂੰ ਰੈਂਡਮ ਗਰੀਬੀ 'ਚ ਰੱਖਿਆ ਯਾਰ ਜਿਸ ਬੱਚੇ ਨੂੰ ਪਲਕਾਂ ਦੀ ਠੰਡੀ ਛਾਂ 'ਚ ਰੱਖਣਾ ਚਾਹੀਦਾ ਸੀ ਉਹਨੂੰ ਠੰਡੀ ਹਵਾ ਲਈ ਕੂਲਰ 'ਚ ਪਾਣੀ ਭਰਵਾਇਆ ਇਹਨੇ ਨਹੀਂ ਮੈਂ ਦੱਸ ਰਿਹਾ ਮੈਂ ਬਹੁਤ ਜ਼ਿਆਦਾ ਇੰਸਪਾਇਰਡ ਹੈ ਤੁਸੀਂ ਉਹ ਪੁਰਾਣੀ ਮੂਵੀ ਵੇਖੀ ਜਿਹਦੇ 'ਚ ਇੱਕ ਛੋਟਾ ਬੱਚਾ ਛੋਟੀ ਨੀਲੀ ਨਿੱਕਰ ਪਾ ਕੇ ਸੜਕਾਂ 'ਤੇ ਭੱਜਦਾ ਅਤੇ ਭੱਜਦੇ ਭੱਜਦੇ ਹੀ ਬੜਾ ਹੋ ਜਾਂਦਾ ਵੇਖਿਆ ਮੈਨੂੰ ਬਚਪਨ 'ਚ ਲੱਗਦਾ ਸੀ ਵੱਡਾ ਹੋਣ ਦਾ ਇਹੀ ਤਰੀਕਾ ਮੈਂ ਬਹੁਤ ਭੱਜੇ ਹਾਂ ਸੜਕਾਂ 'ਤੇ ਲੇਕਿਨ ਉਹ ਮੁੰਡਾ ਵੱਡਾ ਹੋ ਕੇ ਬੰਦਾ ਸੀ ਹੈਂਡਸਮ ਅਮਿਤਾਭ ਬੱਚਨ ਅਤੇ ਮੈਂ ਵੱਡਾ ਹੋ ਕੇ ਬਣਿਆ ਸਸਤਾ ਉਮੇਸ਼ ਯਾਦਵ ਜਿਨ੍ਹਾਂ ਨੂੰ ਉਮੇਸ਼ ਯਾਦਵ ਨਹੀਂ ਪਤਾ ਅਤੇ ਬੇੜਾ ਉਹਦਾ ਵੀ ਗਰ ਕੀ ਹੈ ਫਿਰ ਨਹੀਂ ਯਾਰ ਮੈਂ ਬਹੁਤ ਜ਼ਿਆਦਾ ਇੰਸਪਾਇਰਡ ਆ ਬਾਲੀਵੁੱਡ ਤੋਂ ਮੈਂ ਤਾਂ ਸਕੂਲ ਤੋਂ ਘਰ ਆਉਂਦੇ ਹੋਏ ਨਾ ਰੈਂਡਮ ਕੈਮਿਸਟ ਦੇ ਕੋਲ ਚਲਾ ਜਾਂਦਾ ਸੀ ਅਤੇ ਉਹਨੂੰ ਜਾ ਕੇ ਕਹਿੰਦਾ ਸੀ ਲਾਲਾ ਮੇਰੀ ਮਾਂ ਦੇ ਲਈ ਖਾਂਸੀ ਦੀ ਦਵਾਈ ਦੇ ਲਈ ਲਾਲਾ ਮੇਰੀ ਮਾਂ ਨੂੰ ਇਸ ਪਲੈਨ ਬਾਰੇ ਕੁਛ ਨਹੀਂ ਪਤਾ ਉਹ ਸੋਫੇ 'ਤੇ ਬੈਠ ਕੇ ਕਸੌਟੀ ਵੇਖ ਰਹੀ ਹੈ ਮੈਂ ਕਰ ਗਿਆ ਮੈਂ ਕਿਹਾ ਮਾਂ ਘਬਰਾਉਣਾ ਨਹੀਂ ਮਾਂ ਮੈਂ ਖਾਂਸੀ ਦੀ ਦਵਾਈ ਲੈ ਆਇਆ ਮਾਂ
ਮਾਂ ਕਹਿੰਦੀ ਖਾਂਸੀ ਦੀ ਦਵਾਈ ਮੈਂ ਤੈਨੂੰ ਦਹੀਂ ਲੈਣ ਭੇਜਿਆ ਸੀ ਮੈਂ ਕਰੈਕਟਰ ਨਹੀਂ ਛੱਡ ਰਿਹਾ ਮੈਂ ਕਹਿ ਰਿਹਾ ਦਹੀਂ ਨਾਲ ਤੇ ਹੋਰ ਖਾਂਸੀ ਹੁੰਦੀ ਹੈ ਮਾਂ ਮਾਂ ਕਹਿ ਰਹੀ ਹੈ ਖਾਂਸੀ ਦੀ ਦਵਾਈ ਪੀ ਪੀ ਕੇ ਤੂੰ ਨਸ਼ਿਆਂ 'ਚ ਨਹੀਂ ਪੈ ਗਿਆ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਨਹੀਂ ਮੈਨੂੰ ਇੱਕ ਗੱਲ ਦੱਸੋ ਮੂਵੀ 'ਚ ਕੀ ਵਿਖਾਉਂਦੇ ਆ ਜੇ ਤੁਸੀਂ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਜਾਓ ਤੇ ਤੁਹਾਡੇ ਕੋਲ ਪੈਸੇ ਨਾ ਹੋਣ ਤੁਹਾਡੇ ਕੋਲ ਤਾਂ ਹੈ ਵੀ ਨਹੀਂ ਤੇ ਉਹ ਕੀ ਕਰਾਉਂਦੇ ਆ ਭਾਂਡੇ ਸਾਫ ਕਰਾਉਂਦੇ ਹੈ ਭਾਂਡੇ ਸਾਫ ਕਰਾਉਂਦੇ ਤੇ ਇੱਕ ਦਿਨ ਮੈਂ ਗਿਆ ਆਪਣੀ ਮੰਮੀ ਕੋਲ ਮੈਂ ਕਿਹਾ ਮੰਮੀ ਓਬਰੋਇਸ 'ਚ ਖਾਣਾ ਖਾਣਾ ਮੰਮੀ ਕਹਿੰਦੀ ਹਾਂ ਮੈਂ ਕਿਹਾ ਰੈਡੀ ਹੋ ਜਾਓ ਫਿਰ ਇੱਕ ਨਵਾਂ ਸੂਟ ਇੱਕ ਸਕੋਚ ਬ੍ਰਾਈਟ ਰੱਖ ਲਓ ਤੇ ਅਸੀਂ ਗਏ ਹਾਂ ਰੈਸਟੋਰੈਂਟ ਅਸੀਂ ਪੇਟ ਭਰ ਕੇ ਖਾਣਾ ਖਾਇਆ ਇੰਨਾ ਜ਼ਿਆਦਾ ਖਾਣਾ ਖਾਇਆ ਉਹਨਾਂ ਨੇ ਬਿੱਲ ਮੰਗਿਆ ਅਸੀਂ ਮਨਾ ਕਰਤਾ ਉਸ ਦਿਨ ਮੈਨੂੰ ਪਤਾ ਲੱਗਿਆ ਮੂਵੀ 'ਚ ਝੂਠ ਵਿਖਾਉਂਦੇ ਆ ਕਿਉਂਕਿ ਉਹਨਾਂ ਨੇ ਸਾਨੂੰ ਕੁੱਟਣਾ ਸ਼ੁਰੂ ਕਰਤਾ ਮੇਰੀ ਮੰਮੀ ਕਹਿ ਵੀ ਰਹੀ ਹੈ ਮੈਨੂੰ ਨਾ ਕੁੱਟੋ ਮੈਂ ਤਾਂ ਲੇਡੀਜ਼ ਹਾਂ ਮੈਨੇਜਰ ਉੱਡ ਉੱਡ ਕੇ ਮਾਰ ਰਿਹਾ ਕਹਿ ਰਿਹਾ ਭੈਣ ਜੀ ਮਾਫ ਕਰਨਾ ਪਨੀਰ ਤਾਂ ਤੁਸੀਂ ਜੈਂਟਸ ਤੋਂ ਜ਼ਿਆਦਾ ਪੀ ਲਿਆ ਨਹੀਂ ਮੈਂ ਨਾ ਮੂਵੀਜ਼ ਤੋਂ ਸਿੱਖੀ ਸੈਲਫ ਰਿਸਪੈਕਟ ਮੈਂ ਸਿੱਖੀ ਮੈਂ ਅੱਜ ਵੀ ਫੈਕੇ ਹੋਏ ਪੈਸੇ ਨਹੀਂ ਉਠਾਤਾ ਨਹੀਂ ਮੈਂ ਪਹਿਲਾਂ ਟਰਾਈ ਕਰਦਾ ਸੀ ਉਹ ਬਰਾਤ 'ਚ ਜਿਹੜੇ ਅੰਕਲ ਨੱਚ ਰਹੇ ਹੁੰਦੇ ਆ ਨਾ ਉਹ ਹੱਥ ਦੇ ਉੱਤੇ ਪੈਰ ਰੱਖ ਦਿੰਦੇ ਆ ਤਾਂ ਮੈਂ ਹੁਣ ਜੇਬ ਤੋਂ ਹੀ ਕੱਢ ਲੈਂਦਾ ਮੈਂ ਹਾਂ ਓਰਿਜਨਲ ਪੁਸ਼ਪਾ ਝੁਕੇਗਾ ਨਹੀਂ ਸਾਲਾ ਇੱਕ ਬੜਾ ਵਧੀਆ ਤਰੀਕਾ ਪੈਸੇ ਲੁੱਟਣ ਦਾ ਜਦੋਂ ਅੰਕਲ ਸੁੱਟਣ ਲੱਗਦੇ ਆ ਨਾ ਉਹਦੇ ਨਾਲ ਨਾਲ ਨੱਚੋ ਬਿਲਕੁਲ ਜਦੋਂ ਇੱਥੇ ਕੀ ਕਰਨ ਨਾ ਸੁੱਟਣ ਨਾਲ ਹੀ ਫੜ ਲਓ ਉਹ ਨਹੀਂ ਮੈਂ ਟਰਾਈ ਕੀਤਾ ਚੱਲਦਾ 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 ਤੁਹਾਨੂੰ ਚਪੇੜ ਨਹੀਂ ਪਈ ਹੋਣੀ ਮੈਨੂੰ ਪੈ ਗਈ ਸੀ ਜਦੋਂ ਚੋਰੀ ਕਰ ਲਓ ਨਾ ਫਿਰ ਭੱਜੋ ਲਾਲਚ ਨਹੀਂ ਕਰਨਾ ਚਾਹੀਦਾ ਸੀ ਮੈਨੂੰ ਲੱਗਦਾ ਤੇ ਮੈਂ ਤੁਹਾਨੂੰ ਦੱਸ ਰਿਹਾ ਦੇਖੋ ਕਾਲਜ ਵਾਲੀ ਬਾਲੀਵੁੱਡ ਮੂਵੀਜ਼ ਜਿਹੜੀ ਹੁੰਦੀ ਹੈ ਉਹ ਰੀਅਲ ਨਹੀਂ ਹੁੰਦੀ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਬੇਸਿਕ ਤਾਂ ਠੀਕ ਰੱਖੋ ਨਾ ਕਿਉਂਕਿ ਉਹ ਕੂਲ ਵਾਲਾ ਲੋਕੇਟ ਉਹ ਤੋਤੀਆ ਰੰਗ ਦੀ ਚਿਪਕੀ ਹੋਈ ਟੀ ਸ਼ਰਟ ਉਹ ਪਾ ਕੇ ਮਾਸ਼ਾਅੱਲਾ ਸ਼ਾਹਰੁਖ ਖਾਨ ਕਿੰਨਾ ਗੰਦਾ ਲੱਗਿਆ ਆ ਹੁਣ ਮੇਰਾ ਸੋਚ ਲਓ ਮੈਂ ਇੱਦਾਂ ਤਿਆਰ ਹੋ ਗਿਆ ਕਾਲਜ ਪਹੁੰਚ ਗਿਆ ਲੇਕਿਨ ਮੈਂ ਸਾਰੀ ਪ੍ਰਿਪਰੇਸ਼ਨ ਕੀਤੀ ਹੋਈ ਸੀ ਮੇਰੇ ਕੋਲ ਨਾ ਹਰ ਇੰਪੋਰਟੈਂਟ ਕੁਐਸਚਨ ਦਾ ਆਨਸਰ ਸੀ ਜਿਵੇਂ ਪਿਆਰ ਕਿਆ ਹੈ ਪਿਆਰ ਦੋਸਤੀ ਹੈ ਮੈਂ ਮੈਮ ਨੂੰ ਕਿਹਾ ਮੈਂ ਕਿਹਾ ਪੁੱਛੋ ਕਹਿੰਦੀ ਰਵੀ ਟਾਈਟਰੇਸ਼ਨ ਕਿਆ ਹੈ ਮੈਂ ਕਿਹਾ ਇਹ ਤਾਂ ਦੋਸਤੀ ਨਹੀਂ ਹੈ ਦੂਜੀ ਆਈ ਕਹਿੰਦੀ ਵੈਲੋਸਿਟੀ ਕਿਆ ਹੈ ਮੈਂ ਕਿਹਾ ਇਹ ਵੀ ਦੋਸਤੀ ਨਹੀਂ ਹੈ ਉਸ ਦਿਨ ਮੈਨੂੰ ਇੱਕ ਸਵਾਲ ਦਾ ਜਵਾਬ ਤਾਂ ਮਿਲ ਗਿਆ ਕਿ ਕਰਨ ਜੌਹਰ ਕਿਆ ਹੈ ਉਹ ਮੈਂ ਦੱਸਾਂਗਾ ਨਹੀਂ ਨਹੀਂ ਯਾਰ ਲੇਕਿਨ ਇੱਦਾਂ ਨਹੀਂ ਹੈ ਮੂਵੀ 'ਚ ਸਾਰਾ ਕੁਝ ਝੂਠ ਦਿਖਾਉਂਦੇ ਨਾ ਇਹਨਾਂ ਦਾ ਜਿਵੇਂ ਤੁਹਾਨੂੰ ਕੋਈ ਸੋਹਣੀ ਕੁੜੀ ਪਸੰਦ ਆ ਜਾਏ ਉਹਦੇ ਪਿੱਛੇ ਜਾ ਕੇ ਖੜ ਜਾਓ ਅਤੇ ਅੱਖਾਂ ਬੰਦ ਕਰਕੇ ਨਾ ਸੱਚੇ ਦਿਲ ਨਾਲ ਤਿੰਨ ਵਾਰੀ ਕਹੋ ਕਿ ਪਲਟ 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 ਤੋ ਮੁੜਦੀ ਹੈ ਲੇਕਿਨ ਮੁੜਨ ਤੋਂ ਬਾਅਦ ਉਹਦਾ ਜਿਹੜਾ ਮੂਡ ਖਰਾਬ ਹੁੰਦਾ ਕਿਉਂਕਿ ਉਹ ਗਰੀਬ ਦੀ ਬੱਚੀ ਸ਼ਾਹਰੁਖ ਸਮਝ ਕੇ ਪਲਟੀ ਸੀ ਇੱਥੇ ਨਿਕਲਿਆ ਨਵਾਜੁਦੀਨ ਅਤੇ ਵੇਖੋ ਗਰਲਫ੍ਰੈਂਡ ਤਾਂ ਮੇਰੀ ਨਹੀਂ ਬਣੀ ਲੇਕਿਨ ਮੂਵੀਜ਼ 'ਚ ਕੀ ਸਿਖਾਉਂਦੇ ਆ ਕਿ ਕਿਸੇ ਚੀਜ਼ ਕੋ ਸ਼ਿੱਦਤ ਸੇ ਚਾਹੋ ਤੋ ਪੂਰੀ ਕਾਇਨਾਤ ਹੈਲਪ ਕਰਦੀ ਹੈ ਮੈਂ ਪਾਪਾ ਕੋਲ ਗਿਆ ਮੈਂ ਕਿਹਾ ਕਾਇਨਾਤ ਨਹੀਂ ਕਰਦੀ ਤੁਸੀਂ ਕਰ ਦਿਓ ਅਰੇਂਜ ਮੈਰਿਜ ਕਰਾ ਦਿਓ ਮੇਰੀ ਪਾਪਾ ਮੇਰੇ ਤੋਂ ਜ਼ਿਆਦਾ ਇੰਸਪਾਇਰਡ ਬਾਲੀਵੁੱਡ ਤੋਂ ਮੈਨੂੰ ਕਹਿੰਦੇ ਜਿਹੜੀ ਕੁੜੀ ਚਾਹ ਦੀ ਟਰੇ ਬਿਨਾਂ ਚਾਹ ਕਿਰਾਏ ਲਿਆਏਗੀ ਤੇਰਾ ਵਿਆਹ ਉਹਦੇ ਨਾਲ ਕਰ ਦੇਵਾਂ ਦੋ ਵਾਰੀ ਮੇਡ ਦੇ ਨਾਲ ਕਰਨ ਲੱਗੇ ਸੀ ਫਿਰ ਨਾ ਮੇਰੀ ਕਿਸੇ ਤਰੀਕੇ 'ਤੇ ਸ਼ਾਦੀ ਹੋ ਗਈ ਅਤੇ ਅਸੀਂ ਚਲੇ ਗਏ ਸ਼੍ਰੀਨਗਰ ਡੱਲ ਲੇਕ ਉੱਥੇ ਮੈਂ ਮੇਰੀ ਵੋਟੀ ਅਤੇ ਸਾਡਾ ਕੈਪਟਨ ਕੈਪਟਨ ਚੱਪੂ ਚਲਾ ਰਿਹਾ ਸਾਡਾ ਅਤੇ ਮੇਰੇ ਕੈਪਟਨ ਨੇ ਮੈਨੂੰ ਕਿਹਾ ਕਿ ਸਰ ਅਗਰ ਆਪਣੇ ਹਨੀਮੂਨ ਫੁੱਲ ਇੰਜੋਏ ਕਰਨਾ ਹੈ ਤਾਂ ਇੱਕ ਕੰਮ ਕਰੋ ਆਪਣਾ ਹੱਥ ਬੀਵੀ ਕੇ ਕੰਧੇ ਪੇ ਔਰ ਪੈਰ ਯਹਾਂ ਰੱਖ ਲਓ ਮੈਂ ਕਿਹਾ ਹੱਥ ਤਾਂ ਸਮਝ ਆ ਗਿਆ ਮੈਨੂੰ ਇਹ ਪੈਰ ਇੱਥੇ ਕਿਉਂ ਰੱਖਾ ਕਹਿੰਦਾ ਕੁਛ ਨਹੀਂ ਆਪਣੀ ਵੋਟ ਮੈਂ ਛੇਦ ਹੈ ਮੈਂ ਪੈਰ ਹਟਾਇਆ ਸਾਡੀ ਬੋਟ 'ਚ ਪਾਣੀ ਭਰਨ ਲੱਗਿਆ ਮੇਰੀ ਵੋਟੀ ਡਰ ਗਈ ਕਹਿੰਦੀ ਰਵੀ ਹੁਣ ਕੀ ਹੋਏਗਾ ਅਸੀਂ ਮਰ ਜਾਵਾਂਗੇ ਮੈਨੇ ਕਿਹਾ ਇੱਕ ਮਿੰਟ ਤੂੰ ਟਾਈਟੈਨਿਕ ਨਹੀਂ ਵੇਖੀ ਕਹਿੰਦੀ ਉਹ ਨੋਟੀ ਇੱਦਾਂ ਕਰਕੇ ਖੜੀ ਹੋ ਗਈ ਉਹ ਮੈਂ ਕਿਹਾ ਨਹੀਂ ਹੋਏ ਆਈ ਮੀਨ ਹੀ ਇਜ਼ ਦਾ ਕੈਪਟਨ ਆਫ ਦਾ ਸ਼ਿਪ ਹੀ ਇਜ਼ ਦੇਅਰ ਕਹਿੰਦੀ ਰਵੀ ਹੀ ਵਾਜ ਦੇਅਰ ਉਹ ਤਾਂ ਟੱਪ ਗਿਆ ਲੇਕਿਨ ਕਿਸੇ ਤਰੀਕੇ ਨਾਲ ਬਚ ਬਚਾ ਕੇ ਅਸੀਂ ਘਰ ਪਹੁੰਚੇ ਘਰ ਆਉਂਦੇ ਉਹੀ ਕੰਮ ਹੋਇਆ ਜਿਹਦਾ ਡਰ ਸੀ ਮੇਰੀ ਵੋਟੀ ਨੂੰ ਆ ਗਈ ਉਲਟੀ ਅਤੇ ਮੂਵੀ 'ਚ ਕੀ ਵਿਖਾਉਂਦੇ ਆ ਉਲਟੀ ਦਾ ਮਤਲਬ ਮੇਰੇ ਪਾਪਾ ਨੇ ਸ਼ਗਨ ਦੇ 11 ਰੁਪਏ ਫਿਰ ਕੱਢ ਲਏ ਮੈਂ ਕਿਹਾ ਤੁਸੀਂ ਇੰਨੇ ਕੌਨਫੀਡੈਂਟ ਕਿੱਦਾਂ ਹੋ
हो सकता है बाद से मोमोज खा के गैस हो गई हो, कहते फिर इनू इनो लै दी नहीं फिर। लेकिन मेरे पापा गलत नहीं सी, क्योंकि ठीक 9 महीने बाद मेरे घर च होया एक जवाक। जब मैं उन्होंने हाथों च फड़िया ना तो बोलिया तो कुछ नहीं, उसकी अखा च इको सवाल सी कि शायद मैं किसी अमीर सेठ जी की औलाद हूँ जिसको ये गरीब आदमी धोखे से उठा लाया। तू इत्थे किवें आ गया? ओए मैं ओ नहीं हैगा। अच्छा ए मेरा नहीं, ओए मेरा नहीं है। आपा फिर एक स्टेप पाउना भंगड़े दा, ठीक है? हां आ जाओ भाई, फिर आ जाओ ढाई भंगड़ा करिए। अज की खप, मैं परमिंदर सिंह, मेरे नाल रवि खुराना, ओए मैं सत्ता दहत्या कर मेरे बारे, मैं ते सत्ता वांगे अगले एपिसोड किसी होर आर्टिस्ट दे नाल होर खप पान तानू हसान। तद तक लई देखते रहो स्टैंड अप ते पाओ खप सीजन 2 सिर्फ PTC पंजाबी ते। सत श्री अकाल सारिआं नूं।